ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨਿਤ ਕਪੂਰ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦ ਜੋੜ ਮੇਲ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਲੱਗਦਾ ਨਜ਼ਰ ਆ ਰਿਹਾ ਔਰ ਉਸ ਦੀ ਤਿਆਰੀਆਂ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫੋਂ ਸਥਾਨੀ ਪ੍ਰਸ਼ਾਸਨ ਦੇ ਨਾਲ ਇੱਕ ਵੱਡੀ ਬੈਠਕ ਵੀ ਕੀਤੀ ਗਈ ਹੈ। SSP ਸ਼੍ਰੀ ਫਤਿਹਗੜ੍ਹ ਸਾਹਿਬ ਸਾਡੇ ਨਾਲ ਨੇ, ਗੱਲਬਾਤ ਕਰਨੇ। ਮੈਮ, ਕਿਸ ਤਰ੍ਹਾਂ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ, ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ, ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ, ਬਦ ਇੰਤਜ਼ਾਮੀਆਂ, ਖੱਜਲ ਖੁਆਰੀਆਂ। ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ, ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ, ਤਾਏ, ਪਿਓ, ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ, ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ, ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ। ਦੀ ਮੀਟਿੰਗ ਰਹੀ ਹੈ, ਕਿਹੜੇ ਕਿਹੜੇ ਏਜੰਡਿਆਂ ਦੇ ਉੱਪਰ ਇਸ ਮੀਟਿੰਗ ਦੇ ਵਿੱਚ ਚਰਚਾ? ਜੀ, ਮਾਨਯੋਗ ਸੀਮ ਸਾਹਿਬ ਪੰਜਾਬ ਵੱਲੋਂ ਜੋ ਅੱਜ ਮੀਟਿੰਗ ਲਿੱਤੀ ਗਈ ਹੈ ਜੀ, ਇਹਦਾ ਏਜੰਡਾ ਜੋ ਸ਼ਹੀਦੀ ਸਭਾ ਫਤਿਹਗੜ੍ਹ ਸਾਹਿਬ ਦੇ ਵਿੱਚ ਮਨਾਈ ਜਾਂਦੀ ਹੈ, ਉਹਦੇ ਪ੍ਰਬੰਧਾਂ ਦਾ ਜਾਇਜ਼ਾ ਲੈਣਾ ਅਤੇ ਸਾਨੂੰ ਜਿਹੜੇ ਉਹਨਾਂ ਨੇ ਇਹਦੇ ਸਿਲਸਿਲੇ ਦੇ ਵਿੱਚ ਜਿਹੜੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਜੀ, ਅਤੇ ਸੀਐਮ ਸਾਹਿਬ ਵੱਲੋਂ ਬੜੇ ਕਲੀਅਰ ਆਦੇਸ਼ ਨੇ ਜੀ ਕਿ ਉੱਥੇ ਆਉਣ ਵਾਲੀ ਸੰਗਤਾਂ ਨੂੰ ਦੀ ਸਹੂਲਤ ਅਤੇ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਣਾ ਚਾਹੀਦਾ, ਅਤੇ ਇਸ ਦਿਸ਼ਾ ਨਿਰਦੇਸ਼ 'ਤੇ ਕੰਮ ਕਰਦੇ ਹੋਏ ਸਾਡੇ ਵੱਲੋਂ ਜਿਹੜਾ ਪੂਰਾ ਸ਼ਹਿਰ ਹੈ ਉਹਨੂੰ ਇੱਕ 1-way ਰੂਟ ਕ੍ਰੀਏਟ ਕੀਤਾ ਗਿਆ, ਡਾਈਵਰਜਨਸ ਲਾਈਆਂ ਗਈਆਂ ਨੇ ਜੀ ਵੱਡੇ ਪੱਧਰ 'ਤੇ, ਅਤੇ ਇਹਦੇ ਬਾਰੇ ਪਬਲਿਸਿਟੀ ਵੀ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੀਆਂ ਆਉਣ ਵਾਲੀਆਂ ਸੰਗਤਾਂ ਨੇ ਉਹਨਾਂ ਨੂੰ ਰੂਟ ਪਲੈਨ ਹੈ ਜਿਹੜਾ ਪਹਿਲਾਂ ਹੀ ਪਤਾ ਹੋਵੇ। 21 ਪਾਰਕਿੰਗ ਸਪੋਟਸ ਨੇ ਜਿਹੜੇ ਸਾਡੇ ਵੱਲੋਂ ਆਈਡੈਂਟੀਫਾਈ ਕੀਤੇ ਗਏ ਨੇ ਜੀ, ਅਤੇ ਇਸੇ ਤਰੀਕੇ ਦੇ ਨਾਲ 10 ਜਿਹੜੇ ਨੇ ਸਮਾਧਾਨ ਕੇਂਦਰ ਨੇ ਜਿਹੜੇ ਕਿ ਇੱਕ ਤਰੀਕੇ ਨਾਲ ਪੁਲਿਸ ਆਊਟਪੋਸਟ ਦੀ ਤਰ੍ਹਾਂ ਕੰਮ ਕਰਦੇ ਨੇ, ਉਹ ਕ੍ਰੀਏਟ ਕੀਤੇ ਗਏ ਨੇ ਜੀ। ਸੁਰੱਖਿਆ ਨੂੰ ਨਜ਼ਰ ਰੱਖਦੇ ਹੋਏ ਉੱਥੇ CCTV ਕੈਮਰਾਜ਼ ਭਾਰੀ ਮਾਤਰਾ 'ਚ ਜਿਹੜੇ ਨੇ ਲਾਏ ਗਏ ਨੇ, ਉਹਨਾਂ ਦਾ ਜਿਹੜਾ ਉਹਨਾਂ ਦੀ ਅਸੀਂ ਡਾਇਰੈਕਟ ਵਿਊਇੰਗ ਡਾਇਰੈਕਟ ਸਰਵੇਲੈਂਸ ਕਰਾਂਗੇ। ਇਸ ਦੇ ਨਾਲ ਹੀ ਜੀ ਡਰੋਨ ਬੇਸਡ ਸਰਵੇਲੈਂਸ ਹੈ ਉਹ ਕੀਤੀ ਗਈ ਹੈ, ਵੱਖ ਵੱਖ ਥਾਵਾਂ 'ਤੇ ਨਾਕਾਬੰਦੀ ਅਤੇ ਜਿਹੜੇ ਨੇ ਚੈੱਕ ਬੈਰੀਅਰਸ ਨੇ ਉਹ ਲਾਏ ਗਏ ਨੇ ਜੀ। ਜੀ, ਕਈ ਵਾਰ ਇਸ ਤਰ੍ਹਾਂ ਦੀ ਜਦੋਂ ਸਭਾ ਹੁੰਦੀ ਹੈ ਸ਼ਰਾਰਤੀ ਅਨਸਰਾਂ ਦੀ ਵੀ ਕੋਸ਼ਿਸ਼ ਰਹਿੰਦੀ ਹੈ ਮਾਹੌਲ ਨੂੰ ਖਰਾਬ ਕਰਨ ਨੂੰ ਲੈ ਕੇ, ਕਿੰਨੇ ਪੁਲਿਸ ਕਰਮੀ ਜਿਹੜੇ ਨੇ ਉੱਥੇ ਡਿਊਟੀ 'ਤੇ ਤੈਨਾਤ ਰਹਿਣਗੇ ਔਰ ਇਸ ਤਰ੍ਹਾਂ ਦੇ ਅਨਸਰਾਂ ਨਾਲ ਨਿਪਟਣ ਲਈ ਕੀ ਪੁਲਿਸ ਦੀ ਤਿਆਰੀ? ਜਿਸ ਤਰ੍ਹਾਂ ਦੇ ਅਨਸਰਾਂ ਨਾਲ ਨਿਪਟਣ ਦੇ ਲਈ ਜੀ ਅਸੀਂ ਸਾਡੀ ਬਹੁਤ ਇਹਦੇ ਬਾਰੇ ਸਟ੍ਰਿਕਟ ਵਿਊ ਹੈ, ਮਾਨਯੋਗ ਸੀਐਮ ਸਾਹਿਬ ਦੇ ਵੱਲੋਂ ਵੀ ਸਾਨੂੰ ਇਹੀ ਨਿਰਦੇਸ਼ ਮਿਲੇ ਨੇ ਜੀ, ਅਤੇ ਇਹ ਜੀ ਕੋਈ ਜਿਹੜੀ ਹੈਗੀ ਉਹ ਟੋਲਰੇਟ ਨਹੀਂ ਕੀਤੀ ਜਾਏਗੀ। ਪਰ ਨਾਲ ਹੀ ਮੈਂ ਜ਼ਰੂਰ ਕਹਿਣਾ ਚਾਹੂੰਗੀ ਜੀ ਕਿ ਆਉਣ ਵਾਲੇ ਜਿਹੜੀ ਸੰਗਤਾਂ ਨੇ ਉਹਨਾਂ ਦੇ ਲਈ ਅਸੀਂ ਉਹਨਾਂ ਦੀ ਸੇਵਾ ਦੇ ਵਿੱਚ ਉੱਥੇ ਸਾਰੇ ਹਾਜ਼ਰ ਹੈ ਜੀ, ਅਤੇ ਉੱਥੇ 4,000 ਦੇ ਆਸ ਪਾਸ ਪੁਲਿਸ ਫੋਰਸ ਡਿਪਲੋਇਡ ਹੈ, ਅਤੇ ਸਾਡਾ ਜੋ ਪ੍ਰਮੁੱਖ ਪ੍ਰਾਇਰਟੀ ਹੈ ਕਿ ਆਉਣ ਵਾਲੀ ਸੰਗਤ ਦੀ ਉਹਨਾਂ ਨੂੰ ਹਰ ਤਰੀਕੇ ਦੀ ਟ੍ਰੈਫਿਕ ਪਾਰਕਿੰਗ ਦੇ ਨਾਲ ਸਿਲਸਿਲੇ 'ਚ ਸਹੂਲਤ ਮਿਲੇ, ਅਤੇ ਉਹਨਾਂ ਦੀ ਸੁਰੱਖਿਆ ਦੀ ਜੀ ਪੂਰੀ ਉੱਥੇ ਪੂਰਾ ਪ੍ਰਬੰਧ ਹੋਵੇ, ਇਸ ਗੱਲ ਬਾਰੇ ਅਸੀਂ ਪੂਰੇ ਵਚਨਬੱਧ ਹਾਂ। ਡੈਸਕ ਵੀ ਕੋਈ ਬਣਾਏ ਗਏ ਨੇ ਪੁਲਿਸ ਦੀ ਤਰਫੋਂ ਤਾਂ ਕਿ ਲੋਕਾਂ ਨੂੰ ਅਗਰ ਕਿਸੇ ਚੀਜ਼ ਦੀ ਜਾਣਕਾਰੀ ਚਾਹੀਦੀ ਹੈ ਤਾਂ ਉਹ ਜਾਣਕਾਰੀ ਉਹਨਾਂ ਨੂੰ ਸੁਖਾਲੇ ਤਰੀਕੇ ਦੇ ਨਾਲ ਮੁਹੱਈਆ ਹੋ ਸਕੇ? ਜੀ ਬਿਲਕੁਲ, ਸਮਾਧਾਨ ਕੇਂਦਰ 10 ਨੇ ਜੀ, ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ 'ਤੇ ਇਹਨਾਂ ਦੀ ਗਿਣਤੀ ਵਧਾਈ ਗਈ ਹੈ,
ਅਤੇ ਇਸ ਤਰੀਕੇ ਦੇ ਨਾਲ ਕੰਮ ਕਰਨਗੇ ਜੀ ਕਿ ਉੱਥੇ ਹੀ ਮੈਡੀਕਲ ਹੈਲਪ ਡੈਸਕ ਵੀ ਹੋਏਗਾ, ਉੱਥੇ ਇਨਫੋਰਮੇਸ਼ਨ ਸੈਂਟਰ ਵੀ ਹੋਏਗਾ। ਇਨਫੋਰਮੇਸ਼ਨ ਸੈਂਟਰ 'ਚ ਕਈ ਵਾਰੀ ਜਿੱਦਾਂ ਫੋਨ ਨਹੀਂ ਚੱਲਦੇ ਤਾਂ ਤੁਸੀਂ ਆਪਣੇ ਫੈਮਿਲੀ ਮੈਂਬਰਸ ਨੂੰ ਕਾਲ ਕਰ ਸਕਦੇ ਹੋ, ਉਹ ਜਿਹੇ ਪੋਰਟਸ ਵੀ ਉੱਥੇ ਪ੍ਰੋਵਾਈਡ ਕੀਤੇ ਜਾਣਗੇ। ਅਸੀਂ ਪਿਛਲੀ ਵਾਰੀ ਦੇਖਿਆ, ਹਰ ਵਾਰੀ ਇਹ ਪ੍ਰੋਬਲਮ ਆਉਂਦੀ ਹੈ ਕਿ ਕਈ ਵਾਰੀ ਲੋਕਾਂ ਦਾ ਮੋਬਾਈਲ ਉੱਥੇ ਚੱਲਣਾ ਹੋ ਜਾਂਦਾ ਹੈ, ਬੰਦ ਹੋ ਜਾਂਦਾ ਹੈ। ਅਤੇ ਨਾਲ ਹੀ ਇਹਦੇ ਵਿੱਚ ਪੁਲਿਸ ਆਊਟਪੋਸਟ ਹੈ ਜੀ, ਜਿਹਦੇ ਵਿੱਚ ਕੋਈ ਵੀ ਪੁਲਿਸ ਰਿਲੇਟਿਡ ਐਂਡ ਅਦਰਵਾਈਜ਼ ਆਲਸੋ ਕੋਈ ਵੀ ਸਮੱਸਿਆ ਲੋਕਾਂ ਦੇ ਲੋਕ ਫੇਸ ਕਰ ਰਹੇ ਨੇ, ਉੱਥੇ ਆ ਕੇ ਉਹ ਇਮੀਡੀਏਟਲੀ ਦੱਸਣ, ਕਿਉਂਕਿ ਉਹ ਸਾਰਾ ਹਾਈ ਸਪੀਡ ਇੰਟਰਨੈਟ ਨਾਲ ਕਨੈਕਟਡ ਹੈ। ਉਹਦਾ ਇਮੀਡੀਏਟਲੀ ਅਸੀਂ ਸਾਰੇ ਕਿਤੇ ਜਿਹੜਾ ਸਾਡਾ ਕੰਟਰੋਲ ਰੂਮ ਦੇ ਥਰੂ ਰਿਲੇ ਕਰਾਂਗੇ ਅਤੇ ਉਹਨਾਂ ਦੀ ਕੰਪਲੇਂਟ ਰੈਜ਼ੋਲਿਊਸ਼ਨ ਦੀ ਇਮੀਡੀਏਟਲੀ ਕੋਸ਼ਿਸ਼ ਕਰਾਂਗੇ। ਥੈਂਕ ਯੂ। ਦੇਖੋ, ਅਸੀਂ SSP ਸ਼੍ਰੀ ਫਤਿਹਗੜ੍ਹ ਸਾਹਿਬ ਜਿਨ੍ਹਾਂ ਦਾ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿਣਾ ਹੈ ਕਿ ਤਿਆਰੀਆਂ ਜਿਹੜੀਆਂ ਨੇ ਮੁਕੰਮਲ ਕਰ ਦਿੱਤੀਆਂ ਗਈਆਂ ਨੇ, ਜਿਹੜੀ ਉੱਥੇ ਸੰਗਤ ਆਏਗੀ ਉਸਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਏ, ਇਸ ਦੇ ਪ੍ਰੋਪਰ ਪ੍ਰਬੰਧ ਕੀਤੇ ਗਏ ਨੇ। ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫੋਂ ਵੀ ਵੱਡੀ ਗਾਈਡਲਾਈਨਸ ਜਿਹੜੀਆਂ ਨੇ, ਵੱਡੀ ਹਿਦਾਇਤਾਂ ਜਿਹੜੀਆਂ ਨੇ ਉਹ ਵੀ ਜਾਰੀ ਕੀਤੀਆਂ ਗਈਆਂ ਨੇ। ਯਾਨੀ ਸਿੱਧੇ ਤੌਰ 'ਤੇ ਸ਼ਹੀਦ ਜੋੜ ਮੇਲ, ਜਿਹੜਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹੈ, ਜਿਹੜਾ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਸਮਰਪਿਤ ਹੈ ਔਰ ਇਸ ਵੇਲੇ ਸ਼੍ਰੀ ਫਤਿਹਗੜ੍ਹ ਦੀ ਧਰਤੀ 'ਤੇ ਲੱਗਿਆ ਹੋਇਆ, ਉਸ ਦੇ ਵਿੱਚ ਜਿਹੜੀ ਵੀ ਸੰਗਤ ਆਏਗੀ ਉਸ ਦੇ ਲਈ ਪ੍ਰੋਪਰ ਪ੍ਰਬੰਧ, ਪ੍ਰਸ਼ਾਸਨ ਜਿਹੜਾ ਉਹ ਮੁਕੰਮਲ ਢੰਗ ਨਾਲ ਉੱਥੇ ਵਿਵਸਥਿਤ ਕਰਦਾ ਹੋਇਆ ਨਜ਼ਰ ਆ ਰਿਹਾ। ਕੈਮਰਾ ਪਰਸਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ TV, ਚੰਡੀਗੜ੍ਹ।